ਬਰਨਾਲਾ 'ਚ ਇੱਕ ਦੋਸਤ ਨੇ ਇੱਕ ਦੋਸਤ ਦਾ ਨਸ਼ੇ ਦੇ ਹਾਲਾਤ 'ਚ ਕਤਲ ਕਰ ਦਿੱਤਾ ਸੀ ਅਤੇ ਉੱਥੋਂ ਦੀ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸਦੀ ਲੰਬੀ ਭੱਜ ਦੌੜ ਤੋਂ ਬਾਅਦ ਪੁਲਿਸ ਨੇ ਆਪਣੇ ਸ਼ਿਕੰਜੇ 'ਚ ਲੈ ਲਿਆ। ਉਹਦਾ ਦੋਸ਼ੀ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ। 27-5 ਨੂੰ ਮਰਡਰ ਹੋਇਆ ਸੀ ਇਹ ਪਰਮਜੀਤ ਸਿੰਘ ਦਾ, ਉਹਦੇ 'ਚ ਤਿੰਨੇ ਦੋਸ਼ੀ ਸੀ ਜਿਹੜੇ ਅਜੀਤਪਾਲ, ਸੁਨੇਸ਼ ਅਤੇ ਕਾਕਾ, ਇਹ ਤਿੰਨੇ ਫੜੇ ਗਏ ਆ। ਇਹਨਾਂ ਤੋਂ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਮਿਲ ਗਿਆ ਅਤੇ ਇਹਨਾਂ ਨੂੰ ਇਹ ਤਾਂ ਹੁਣ ਪੁਲਿਸ ਰਿਮਾਂਡ 'ਤੇ ਅਜੀਤਪਾਲ ਸਿੰਘ, ਬਾਕੀ ਦੋਨੋਂ ਦੋਸ਼ੀ ਜੁਡੀਸ਼ਲ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।